ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਮੱਛਰ ਤੇ ਮੱਖੀਆਂ ਤੋਂ ਆਪਣੇ ਪਸ਼ੂਆਂ ਨੂੰ ਕਿਵੇਂ ਬਚਾਉਣਾ ਗਾ। ਤੇ ਗਰਮੀ ਦਾ ਮੌਸਮ ਸਟਾਰਟ ਹੋ ਗਿਆ, ਗਰਮੀ ਦੇ ਵਿੱਚ ਮੱਛਰ ਤੇ ਮੱਖੀਆਂ ਪਸ਼ੂਆਂ ਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ, ਜਿਹਦੇ ਨਾਲ ਪਸ਼ੂਆਂ ਦਾ ਦੁੱਧ ਵੀ ਘੱਟ ਜਾਂਦਾ ਗਾ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਮੱਖੀਆਂ ਜਿਹੜੀਆਂ ਇਸ ਗਾਂ ਨੂੰ ਤੰਗ ਕਰ ਰਹੀਆਂ ਨੇ। ਅਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਸਪਰੇਅ ਕਰਾਂਗੇ, ਅਤੇ ਇਸ ਤੋਂ ਬਾਅਦ ਇਹ ਬਿਲਕੁਲ ਨੋਰਮਲ ਬਿਨਾਂ ਪੂਛ ਹਿਲਾਏ ਬਿਨਾਂ ਲੱਤ ਮਾਰੇ ਗਾਂ ਸ਼ਾਂਤੀ ਦੇ ਨਾਲ ਖੜ ਜੂਗੀ। ਪਹਿਲਾਂ ਇਹ ਇੰਨਾ ਜ਼ਿਆਦਾ ਮੱਖੀਆਂ ਨੂੰ ਤੰਗ ਕਰ ਰਹੀਆਂ ਸੀ ਕਿ ਇਹ ਬੈਠ ਵੀ ਨਹੀਂ ਰਹੀ। ਜਦੋਂ ਆਪਣਾ ਪਸ਼ੂ ਬੇਚੈਨ ਰਹੂਗਾ, ਮੱਛਰ ਅਤੇ ਮੱਖੀਆਂ ਨੂੰ ਜ਼ਿਆਦਾ ਤੰਗ ਕਰਦੀਆਂ ਨੇ, ਤਾਂ ਆਪਣੇ ਪਸ਼ੂਆਂ ਦਾ ਜਿਹੜਾ ਦੁੱਧ ਹੈ ਉਹ ਵੀ ਘੱਟ ਜਾਂਦਾ ਗਾ। ਅਤੇ ਇਹਦਾ ਮੱਛਰ ਅਤੇ ਮੱਖੀਆਂ ਦਾ ਆਪਣੇ ਕੀ ਇਲਾਜ ਕਰਨਾ ਗਾ, ਇਹ ਜਿਹੜਾ ਆਪਾਂ ਇਲਾਜ ਦੱਸਾਂਗੇ, ਸਿਰਫ ਤਿੰਨ ਚੀਜ਼ਾਂ ਆਪਾਂ ਨੇ ਮਿਕਸ ਕਰਨੀਆਂ ਨੇ। ਇਹ ਤਿੰਨ ਚੀਜ਼ਾਂ ਆਮ ਆਪਣੇ ਘਰਾਂ ਦੇ ਵਿੱਚ ਉਪਲਬਧ ਹੁੰਦੀਆਂ ਨੇ, ਉਹਨਾਂ ਤਿੰਨ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰਨਾ ਅਤੇ ਪਸ਼ੂਆਂ ਦੇ ਉੱਪਰ ਸਪਰੇਅ ਕਰਨੀ ਹੈ ਇਹਦੀ। ਇਹਦੇ ਨਾਲ ਮੱਛਰ ਅਤੇ ਮੱਖੀਆਂ ਤੁਹਾਡੇ ਪਸ਼ੂਆਂ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਣਗੀਆਂ, ਤੁਹਾਡੇ ਪਸ਼ੂ ਬਿਲਕੁਲ ਸ਼ਾਂਤੀ ਦੇ ਨਾਲ ਖੜ੍ਹ ਜਾਣਗੇ ਬਿਨਾਂ ਹਿਲਜੁਲ ਕਰੇ। ਆਹ ਗਾਂ ਦੇ ਉੱਪਰ ਆਪਾਂ ਨੇ ਹੁਣ ਸਪਰੇਅ ਕਰਤੀ, ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੀ ਸ਼ਾਂਤੀ ਦੇ ਨਾਲ ਖੜ ਗਈ। ਪਹਿਲਾਂ ਇਹ ਬਹੁਤ ਜ਼ਿਆਦਾ ਇਹਨੂੰ ਮੱਛਰ ਅਤੇ ਮੱਖੀਆਂ, ਇੱਕ ਜਿਹੜਾ ਵੱਡੀ ਮੱਖੀ ਹੁੰਦੀ ਆ ਉਹ ਬਹੁਤ ਜ਼ਿਆਦਾ ਤੰਗ ਕਰਦੀ ਹੈ ਪਸ਼ੂਆਂ ਨੂੰ, ਪਸ਼ੂਆਂ ਦੀਆਂ ਲੱਤਾਂ ਦੇ ਉੱਪਰ ਖੂਨ ਨਿਕਲਣ ਲੱਗ ਜਾਂਦਾ ਗਾ, ਇੰਨੀਆਂ ਜ਼ਿਆਦਾ ਇਹ ਦੰਦੀਆਂ ਵੱਢਦੀਆਂ ਨੇ। ਅਤੇ ਜੇ ਆਪਾਂ ਹੁਣ ਗੱਲ ਕਰੀਏ ਕਿ ਆਪਣੇ ਉਹ ਕਿਹੜੀਆਂ ਤਿੰਨ ਚੀਜ਼ਾਂ ਨੂੰ ਮਿਕਸ ਕਰਨਾ ਗਾ, ਸਭ ਤੋਂ ਪਹਿਲਾਂ ਤਾਂ ਆਪਣੇ ਲੈਣਾ ਜੀ ਸਰ੍ਹੋਂ ਦਾ ਤੇਲ। ਸਰ੍ਹੋਂ ਦਾ ਤੇਲ ਹਰ ਇੱਕ ਘਰ ਦੇ ਵਿੱਚ ਹੁੰਦਾ ਗਾ। ਸਰ੍ਹੋਂ ਦੇ ਤੇਲ ਦੀ ਜੇ ਆਪਾਂ ਮਾਤਰਾ ਦੀ ਗੱਲ ਕਰੀਏ ਤਾਂ ਆਪਾਂ ਸਰ੍ਹੋਂ ਦਾ ਤੇਲ 300 ml ਲੈ ਸਕਦੇ ਹਾਂ। ਸਰ੍ਹੋਂ ਦੇ ਤੇਲ ਨੂੰ ਇੱਕ ਕਿਸੇ ਬੋਤਲ ਦੇ ਵਿੱਚ ਪਾ ਲੈਣਾ ਗਾ, ਅਤੇ ਉਸ ਦੇ ਵਿੱਚ ਆਪਾਂ ਨੇ 300 ml ਕਾਲਾ ਤੇਲ, 300 ml ਕਾਲਾ ਤੇਲ ਇਹ ਵੀ ਆਪਾਂ ਉਸ ਸਰ੍ਹੋਂ ਦੇ ਤੇਲ ਦੇ ਵਿੱਚ ਮਿਕਸ ਕਰ ਲੈਣਾ ਗਾ। ਇਹ ਜਿਹੜਾ ਕਾਲਾ ਤੇਲ ਹੈ ਅਤੇ ਸਰ੍ਹੋਂ ਦਾ ਤੇਲ ਹੈ, ਇਹ ਆਪਾਂ ਨੇ ਲੈਣਾ ਗਾ ਜੀ 300 ml। ਉਸ ਤੋਂ ਬਾਅਦ ਤੁਸੀਂ ਨੇ ਇਹਦੇ ਵਿੱਚ ਪਾਉਣਾ ਜੀ ਡੀਜ਼ਲ। ਡੀਜ਼ਲ ਦੀ ਮਾਤਰਾ ਆਪਾਂ ਥੋੜ੍ਹੀ ਜਿਹੀ ਘੱਟ ਰੱਖਾਂਗੇ ਦੂਜੇ ਤੇਲ ਦੇ ਨਾਲੋਂ। ਜੇ ਆਪਾਂ ਉਹ 300 ml ਲਿਆ ਗਾ ਤਾਂ ਆਪਾਂ ਡੀਜ਼ਲ ਜਿਹੜਾ ਉਹ 200 ml ਯੂਜ ਕਰਾਂਗੇ। ਇਹ ਤਿੰਨ ਤੇਲ ਨੇ ਜੀ ਜਿਨ੍ਹਾਂ ਨੂੰ ਆਪਾਂ ਨੇ ਮਿਕਸ ਕਰਨਾ ਗਾ। ਮਿਕਸ ਕਰਕੇ ਇੱਕ ਬੋਤਲ ਦੇ ਵਿੱਚ ਪਾ ਲਿਓ, ਅਤੇ ਜਿਹੜਾ ਆਪਣਾ ਸਪਰੇਅ ਕਰਨ ਵਾਲਾ ਪੰਪ ਹੁੰਦਾ ਗਾ ਛੋਟਾ ਬੋਤਲ ਦੇ ਉੱਪਰ ਲੱਗਿਆ ਹੁੰਦਾ ਗਾ, ਉਹਦੇ ਨਾਲ ਆਪਾਂ ਪਸ਼ੂਆਂ ਦੇ ਉੱਪਰ ਇਹਦਾ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਛਿੜਕਾਅ ਕਰਨਾ ਗਾ। ਅਤੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋਗੇ, ਆਪਾਂ ਇਸ ਗਾਂ ਦੇ ਉੱਪਰ ਸਪਰੇਅ ਕੀਤੀ ਅਤੇ ਤੁਸੀਂ ਮੱਖੀਆਂ ਵੀ ਵੇਖੀਆਂ ਹੋਣਗੀਆਂ ਨੀਚੇ ਡਿੱਗੀਆਂ ਹੋਈਆਂ, ਕਿਸ ਤਰ੍ਹਾਂ ਮੱਖੀਆਂ ਨੇ ਜਿਹੜੀਆਂ ਤੜਫ ਰਹੀਆਂ ਨੇ। ਜਿੰਨੇ ਵੀ ਆ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੱਡੀ ਮੱਖ ਹੁੰਦਾ ਜਿਹਨੂੰ ਆਪਾਂ ਮੱਖ ਕਹਿੰਦੇ ਹੈਗੇ, ਇਹ ਪਸ਼ੂ ਨੂੰ ਬਹੁਤ ਜ਼ਿਆਦਾ ਤੰਗ ਕਰਦਾ, ਲੱਤਾਂ ਦੇ ਉੱਪਰ ਖੂਨ ਨਿਕਲਣ ਲਾ ਦਿੰਦਾ ਇਹ। ਜਦੋਂ ਆਪਾਂ ਇਹਦੀ ਸਪਰੇਅ ਕਰਾਂਗੇ ਤੁਸੀਂ ਦੇਖੋ ਨਾਲ ਦੀ ਨਾਲ ਨੀਚੇ ਗਿਰ ਗਏ, ਮੱਖੀਆਂ ਵੀ ਥੱਲੇ ਡਿੱਗ ਗਈਆਂ, ਅਤੇ ਹੁਣ ਇਹ ਮੱਖੀਆਂ ਮਰ ਜਾਣਗੀਆਂ ਥੋੜ੍ਹੇ ਸਮੇਂ ਦੇ ਵਿੱਚ, ਅਤੇ ਹੋਰ ਮੱਖੀ ਜਿਹੜੀ ਉਹ ਪਸ਼ੂ ਦੇ ਉੱਪਰ ਨਹੀਂ ਬੈਠੂਗੀ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਬਸ ਤੁਸੀਂ ਇਹ ਜਿਹੜਾ ਤੇਲ ਹੈਗਾ ਇਹ ਪਸ਼ੂ ਦੀਆਂ ਅੱਖਾਂ ਦੇ ਉੱਪਰ, ਨੱਕ ਦੇ ਉੱਪਰ, ਮੂੰਹ ਦੇ ਉੱਪਰ ਨਹੀਂ ਮਾਰਨਾ, ਠੀਕ ਹੈ ਜੀ, ਕਿਉਂਕਿ ਅੱਖਾਂ ਬਹੁਤ ਜ਼ਿਆਦਾ ਕੋਮਲ ਹੁੰਦੀਆਂ ਨੇ,
ਅੱਖਾਂ ਦੇ ਵਿੱਚ ਨਹੀਂ ਇਹ ਵਰਤਣਾ ਆਪਾਂ ਨੇ, ਬਾਕੀ ਆਪਾਂ ਸਾਰੇ ਸਰੀਰ ਦੇ ਉੱਪਰ ਇਹਦੀ ਸਪਰੇਅ ਕਰ ਸਕਦੇ ਹਾਂਗੇ। ਇਹ ਬਹੁਤ ਹੀ ਜ਼ਿਆਦਾ ਕਾਰਗਰ ਨੁਸਖਾ ਗਾ, ਤੁਸੀਂ ਇੱਕ ਵਾਰ ਵਰਤ ਕੇ ਦੇਖੋਗੇ ਤਾਂ ਤੁਹਾਨੂੰ ਰਿਜ਼ਲਟ ਆਪਣੇ ਆਪ ਮਿਲੂਗਾ। ਜਦੋਂ ਤੁਹਾਡੇ ਪਸ਼ੂ ਨੂੰ ਬਹੁਤ ਜ਼ਿਆਦਾ ਮੱਖੀਆਂ ਤੰਗ ਕਰ ਰਹੀਆਂ ਹੋਣਗੀਆਂ, ਤੁਸੀਂ ਉਸ ਟਾਈਮ ਜਾ ਕੇ ਇਸਦੀ ਸਪਰੇਅ ਕਰੋ ਤਾਂ ਸਾਰੀਆਂ ਸਾਰੀਆਂ ਮੱਖੀਆਂ ਜਿਹੜੀਆਂ ਤੁਹਾਨੂੰ ਨੀਚੇ ਡਿੱਗੀਆਂ ਪਈਆਂ ਮਿਲਣਗੀਆਂ। ਇਹਦੇ ਨਾਲ ਆਪਣੇ ਪਸ਼ੂ ਜਿਹੜੇ ਮੱਖੀਆਂ ਤੋਂ ਬਚ ਜਾਣਗੇ ਅਤੇ ਆਪਣਾ ਜਿਹੜੇ ਪਸ਼ੂਆਂ ਦਾ ਦੁੱਧ ਹੈ ਉਹ ਵੀ ਘੱਟ ਨਹੀਂ ਹੋਊਗਾ, ਕਿਉਂਕਿ ਗਰਮੀ ਦਾ ਮੌਸਮ ਆ, ਇੱਕ ਤਾਂ ਗਰਮੀ ਦੇ ਕਾਰਨ ਪਸ਼ੂ ਦੁੱਧ ਘੱਟ ਰਿਹਾ, ਉੱਪਰੋਂ ਇਹ ਮੱਖੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ, ਜਿਹਦੇ ਨਾਲ ਪਸ਼ੂ ਰੈਸਟ ਨਹੀਂ ਕਰ ਸਕਦਾ, ਬੇਚੈਨ ਰਹਿੰਦਾ ਗਾ ਅਤੇ ਲੱਤਾਂ ਮਾਰਦਾ ਰਹਿੰਦਾ ਗਾ, ਗੇੜੇ ਦਿੰਦਾ ਰਹਿੰਦਾ, ਇਹਦੇ ਕਰਕੇ ਪਸ਼ੂ ਦਾ ਜਿਹੜਾ ਦੁੱਧ ਹੈ ਉਹ ਵੀ ਘੱਟ ਜਾਂਦਾ ਗਾ। ਅਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਊਗਾ, ਮੱਖੀਆਂ ਸਾਰੀਆਂ ਦੀਆਂ ਸਾਰੀਆਂ ਥੱਲੇ ਡਿੱਗ ਰਹੀਆਂ ਨੇ ਜਿੱਥੇ ਜਿੱਥੇ ਆਪਾਂ ਨੇ ਸਪਰੇਅ ਕਰਤੀ। ਜੇ ਤੁਹਾਨੂੰ ਇਹ ਨੁਸਖਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਭਰਾਵਾਂ ਤੱਕ ਵੀਡੀਓ ਪਹੁੰਚ ਸਕੇ ਅਤੇ ਉਹ ਵੀ ਇਸ ਨੁਸਖੇ ਦਾ ਜਿਹੜਾ ਲਾਹਾ ਹੈਗਾ ਉਹ ਲੈ ਸਕਣ। ਧੰਨਵਾਦ ਜੀ।